ਕਿੰਦਾ ਸਾਰੇ ਵੀਡੀਓ ਆ ਜੀ ਇੱਕ ਸ਼ੇਅਰ ਤਾਂ ਤੁਸੀਂ ਆਪ ਹੀ ਕਰ ਦੇਣੀ ਆ ਸ਼ੇਅਰ ਕਰਨੀ ਪੈਣੀ ਆ ਕਿ ਤਾਥੀ ਬੜੇ ਵਧੀਆ ਇਹਦੇ ਚ ਇਹ ਆ ਜੀ 스웨덴 ਤੋਂ ਡੈਨਮਾਰਕ ਨੂੰ ਜਾਂਦਾ ਬ੍ਰਿਜ ਜਿਹੜਾ ਕਿ ਪਾਣੀ ਦੇ ਵਿੱਚ ਹੀ ਜਾਂਦਾ ਤੇ 8 ਕਿਲੋਮੀਟਰ ਲੰਬਾ ਸੀ ਤੇ ਹੁਣ ਜਰਮਨ ਤੋਂ ਡੈਨਮਾਰਕ ਨੂੰ ਇੱਕ ਪੁਲ ਬਣਾਣ ਲੱਗਾ ਦੁਨੀਆ ਦਾ ਸਭ ਤੋਂ ਲੰਮੀ ਸੱਚ ਪੁਲ ਨਹੀਂ ਟਨਲ ਟਨਲ ਸਰੰਗ ਤੇ ਦੁਨੀਆ ਦੀ ਸਭ ਤੋਂ ਲੰਮੀ ਸਰੰਗ ਬਣਾਣ ਲੱਗੀ ਜਿੱਥੇ ਕਾਰਾਂ ਵੀ ਜਾਣਗੀਆਂ ਤੇ ਟ੍ਰੇਨਾਂ ਵੀ ਜਾਣਗੀਆਂ ਇਹ ਵਾਲਾ ਹੈਗਾ ਪਹਿਲਾਂ ਦਾ ਬਣਿਆ ਹੋਇਆ 8 ਕਿਲੋਮੀਟਰ ਦਾ ਸਵੀਡਨ ਤੇ ਡੈਨਮਾਰਕ ਜਿੱਦਾਂ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਜੀ ਸਾਰਿਆਂ ਨੂੰ ਪਤਾ ਲੱਗੇ ਪਈ ਦੁਨੀਆਦਾਰੀ ਦੀ ਸਾਇੰਸ ਜੋ ਸਾਰਾ ਕੁਝ ਹਨਾ ਤੇ ਬਾਕੀ ਹੁਣ ਦਿਖਾਉਣਾ ਜਿਹੜਾ ਹੁਣ ਬਣਨਾ ਜਰਮਨ ਤੋਂ ਲੈ ਕੇ ਡੈਨਮਾਰਕ ਤੱਕ 18 ਕਿਲੋਮੀਟਰ ਲੰਮਾ ਤੇ 8 ਬਿਲੀਅਨ ਡਾਲਰ ਜਿਸ ਦਾ ਖਰਚਾ ਆਉਣਾ ਹੈ ਤੇ ਉਹ ਦਿਖਾਉਣਾ ਤੁਹਾਨੂੰ ਜੀ ਚਲਦੀ ਚਲਦੀ ਕਰੀ ਚਲੋ ਸ਼ੇਅਰ ਥੈਂਕ ਯੂ ਤਈ ਕਰਾਉਂਦੇ ਆ ਯਾਰ ਆ ਜਰਮਨ ਆ ਜੀ ਤੇ ਇੱਧਰ ਇਹਦਾ ਨਾਂ ਇਹ ਆ ਤੁਸੀਂ ਪੜ ਸਕਦੇ ਹੋ ਜੀ ਫੇਮਨ ਬੈਲਟ ਤੇ ਇੱਧਰ ਡੈਨਮਾਰਕ ਆ ਪਤੰਦਰੋ ਫੈਰੀਆਂ ਜਾਂਦੀਆਂ ਆ ਫੈਰੀਆਂ ਦੇ ਵਿੱਚ ਜਾਈਏ ਲੋਕਾਂ ਨੂੰ ਪੰਗੇ ਲੈਣੇ ਆ ਗੋਰੇ ਕਹਿੰਦੇ ਬਿੱਲੇ ਆ ਕੁਝ ਕਰ ਲਈਏ ਪਾਣੀ ਦੇ ਥੱਲੇ ਹੀ ਸਰੰਗਾ ਪੱਟ ਲਈਏ ਧਰਤੀ ਦੇ ਦਾ ਹਰ ਕੋਈ ਪੱਟੀ ਜਾਂਦਾ ਆ ਫਰੰਗਾ ਤੇ ਦੇਖ ਲਓ ਜਰਮ ਤੋਂ ਲੈ ਕੇ ਡੈਨਮਾਰਕ ਤੱਕ 18 ਕਿਲੋਮੀਟਰ ਆ ਜੀ ਤੇ ਜਿੱਥੇ ਲੱਗਦੇ ਸੀ 40-45 ਮਿੰਟ ਫੈਰੀ ਚੁੱਥੇ 5-7 ਮਿੰਟ ਲੱਗਿਆ ਕਰਨੇ ਆ ਮਤਲਬ ਬਾਈ ਮੈਂ ਮੈਨੂੰ ਇਹ ਚੀਜ਼ਾਂ ਬਹੁਤ ਚੰਬਾ ਕਰਦੀਆਂ ਯਾਰ ਪਾਣੀ ਦੇ ਥੱਲੇ ਕਿਦਾਂ ਟਨਲ ਬਣਾ ਲੈਂਦੇ ਆ ਯਾਰ ਮਤਲਬ ਹਨਾ ਭਈ ਧਾਨਿਆਂ ਗੋਰਿਆਂ ਦੇ ਦਿਮਾਗ ਯਾਰ ਤੇ ਤੁਹਾਨੂੰ ਦਿਖਾਉਣਾ ਕੀ ਸਿਸਟਮ ਹੈ ਭਈ ਆਵਾਜਾਈ ਤਾਂ ਹੈਗੀ ਤੁਸੀਂ ਦੇਖ ਸਕਦੇ ਫੈਰੀਆਂ ਜਾਂਦੀਆਂ ਪਈਆਂ ਹਨਾ ਕਹਿੰਦੇ ਨਹੀਂ ਮੇਂ 터ਨਲ ਹੁਣੀ ਜਿੱਥੇ ਆਵਾਜ਼ ਆਈ ਕਾਰਾਂ ਵੀ ਜਾਣਗੀਆਂ ਤੇ ਟ੍ਰੇਨਾਂ ਵੀ ਨਾਲ ਦੀ ਨਾਲ ਜਾਣਗੀਆਂ ਇਦਾਂ ਦੀ ਵੀਡੀਓ ਲਈ ਯਾਰ ਜੀ ਸ਼ੇਅਰ ਕਹਿਣਾ ਪਵੇ ਸ਼ੇਅਰ ਕਰ ਦੋ ਫੇਦਾ ਮਾੜੀ ਗੱਲ ਆ ਇਦਾਂ ਦੀ ਤਾਂ ਸਾਨੂੰ ਆਪਣੇ ਆਪ ਸ਼ੇਅਰ ਕਰਨੀਆਂ ਚਾਹੀਦੀਆਂ ਵੀ ਬਾਈ ਅੱਛਾ ਇਦਾਂ ਵੀ ਹੋ ਰਿਹਾ ਦੁਨੀਆਦਾਰੀ 'ਚ ਨਹੀਂ ਤੁਹਾਨੂੰ ਫੇ ਨੀਡੂ ਸ਼ਟਰਾਂ ਵਾਲਾ ਤਾਂ ਹਰ ਕੋਈ ਦਿਖਾਈ ਜਾਂਦਾ ਮਿੱਤਰੋ ਤੇ ਦੇਖ ਸਕਦੇ ਆ ਉੱਤੇ ਪਾਣੀ ਤੇ ਥੱਲੇ ਟ੍ਰੇਨਾਂ ਤੇ ਆਪਣੇ ਬੱਚਿਆਂ ਨੂੰ ਵੀ ਇਦਾਂ ਦੀਆਂ ਵੀਡੀਓ ਦਿਖਾਇਆ ਕਰੋ ਤੇ ਕਹਿਣਾ ਤਾਂ ਮੈਂ ਵੀਡੀਓ ਹੀ ਆ ਤੇ ਦੇਖ ਸਕਦੇ ਹੋ ਤੁਸੀਂ ਇਹ ਮਤਲਬ ਤਸਵੀਰ ਆ ਪੈਸੇ ਇਦਾਂ ਅਸਲ ਸੱਚਾਈ ਹੋ ਜਾਣੀ ਆ ਹਨਾ ਇਹਦੀ ਸ਼ੁਰੂਆਤ ਹੋ ਗਈ 2008 ਚ ਡੈਨਮਾਰਕ ਤੇ ਜਰਮਨ ਚ ਸਮਝੌਤਾ ਹੋਇਆ ਸੀ ਉਹ ਸਿਰੇ ਚੜਿਆ ਹੁਣ ਤੇ ਹੁਣ ਕੰਸਟਰਕਸ਼ਨ ਸ਼ੁਰੂ ਹੋਈ ਆ ਤੇ ਇਹਨੂੰ ਲੱਗ ਜਾਣੇ ਆ 5-7 ਸਾਲ ਅਜੇ ਹਨਾ ਮਤਲਬ ਪਾਣੀ ਦੇ ਥੱਲੇ ਇਹਦਾਂ ਜਾਇਆ ਕਰੂਗੀ ਆ ਦੇਖ ਸਕਦੇ ਆ ਤੁਸੀਂ ਚੈਨਲ ਟਿਊਨਲ ਟਨਲ ਇੰਗਲੈਂਡ ਤੇ ਫਰਾਂਸ ਦੇ ਵਿੱਚ ਬਣਾਈ ਹੋਈ ਆ ਜੋ ਕਿ 50 ਕਿਲੋਮੀਟਰ ਲੰਬੀ ਆ ਇਹ ਤੁਸੀਂ ਦੇਖ ਸਕਦੇ ਆ ਇਹਦਾ ਵੀ ਦਿਖਾਉਣੇ ਆ ਬਣਾਈ ਕਿੱਦਾਂ ਪਾਣੀ ਦੇ ਥੱਲੇ ਕਿੱਦਾਂ ਮਤਲਬ ਹਨਾ ਯਾਰ ਪਤਾ ਨਹੀਂ ਬਾਈ ਔਖਾ ਗੋਰਿਓ ਤੁਹਾਡਾ ਯੂਨਾਈਟਿਡ ਕਿੰਗਡਮ ਜਿੱਦਾਂ ਮੈਂ ਦੱਸਿਆ ਸੀ ਬਈ ਯੂਨਾਈਟਿਡ ਕਿੰਗਡਮ ਕਿਹਨੂੰ ਕਹਿੰਦੇ ਆ ਉਹ ਵੀ ਉਦਣ ਵੀਡੀਓ ਕੀਤੀ ਸੀ ਤੇ ਇਸ ਤਰ੍ਹਾਂ ਆ ਜੀ ਇਟਰਨਲ ਪਾਣੀ ਦੇ ਥੱਲੇ ਇਦਾਂ ਜਾਂਦੀ ਆ ਕਦੀ ਚਮ ਗਿਆ ਤਾਂ ਹੈ ਨਹੀਂ ਜਿੰਦਗੀ ਰਹੀ ਹੈ ਜਾਉਂਗੇ ਹਨਾ ਮਤਲਬ ਇਹ ਵੀ ਇੱਕ ਨਵਾਂ ਐਕਸਪੀਰੀਅੰਸ ਆ ਤੇ ਇੱਧਰ ਫਰਾਂਸ ਆ ਗਿਆ ਤੇ ਪਾਣੀ ਉੱਤੇ ਰਹਿ ਗਿਆ ਵੀ ਕਿੰਨਾ ਡੂੰਗਾ ਉਹਨੂੰ ਪੱਟਦੇ ਆ ਕਿਸ ਹਿਸਾਬ ਕਿਤਾਬ ਆ ਹਨਾ ਇਹ ਤਾਂ 1988 ਚ ਪਤੰਦਰਾ ਨੇ ਸ਼ੁਰੂ ਕਰਤੀ ਸੀ 94 ਚ ਸ਼ੁਰੂ ਹੋਈ ਸੀ ਤੇ 1994 ਚ 50 ਕਿਲੋਮੀਟਰ ਲੰਬੀ ਇੰਗਲੈਂਡ ਤੋਂ ਫਰਾਂਸ ਤੱਕ ਬਣਾਤੀ ਸੀ ਤੇ ਆਪਣੇ ਆਪਣੇ ਭਰਾਵਾ ਮੇਰੇ ਵਰਗੇ ਆ ਫੋਟੋ ਪਾ ਦੇ ਪਹਿਲਾਂ ਤਾਂ ਉਦਾਂ ਜੇ ਮੈਂ ਬੋਲਦਾ ਆ ਕਹਿੰਦੇ ਕੋਈ ਨਸ਼ਾ ਕੀਤਾ ਜਾਂ ਫੋਟੋ ਪਾਦ ਮੈਂ ਕਹਣਾ ਝੋਟਿਆਂ ਗੋ ਫਿੱਟਿਆ ਖਾ ਖਾ ਕੇ ਉਹ ਭਰਾਵੋ ਇੱਕ ਇੱਕ ਸਟੈਂਡ ਤੇ ਰਹਿ ਲਿਆ ਕਰੋ ਜਿਹੜਾ ਨਸ਼ਾ ਕਰਦਾ ਉਹਦੀ ਸਿਹਤ ਨਹੀਂ ਇੰਨੀ ਹੁੰਦੀ ਇੱਕ ਸਟੈਂਡ ਤੇ ਰਹਿ ਲਿਆ ਕਰੋ ਉਹੀ ਬੰਦਾ ਕਮੈਂਟ ਕਰਦਾ ਹੈ ਨਸ਼ਾ ਕਰਦਾ ਹੈ ਉਹੀ ਬੰਦਾ ਕਮੈਂਟ ਕਰਦਾ ਹੈ ਝੋਟਿਆਂ ਗੋ ਫਿੱਟਿਆ ਮਤਲਬ ਇੱਕ ਗੱਲ ਤੇ ਰਹਿ ਲਿਆ ਕਰੋ ਫਿਰ ਮੈਂ ਵੀ ਮੰਨ ਲੂੰਗਾ ਨਾ ਤੇ ਸਾੜਨਾ ਤੇ ਤੁਹਾਨੂੰ ਇਦਾਂ ਹੀ ਆ ਨਿਆ ਤੇ ਮਿੱਤਰੋ ਸੜਿਆ ਘੱਟ ਕਰੋ ਮੁਰਗੀਆਂ ਨੂੰ ਸਾੜੋ ਤੇ ਬਰਸੇਲੋ ਜਾਓ ਘੱਟ ਤੇਲ ਵਾਲੇ ਬਿਨਾ ਤੇਲ ਵਾਲੇ ਮੁਰਗੇ ਖਾਓ ਤੇ ਬੈਜੀ ਆਪਸ਼ਨ ਵੀ ਹੈਗੇ ਕੈਨੇਡਾ ਵਾਈਡ ਬਰਸੇਲੋ ਦੀਆਂ ਲੋਕੇਸ਼ਨਾਂ ਤੁਸੀਂ ਜਾ ਸਕਦੇ ਆ ਤੇ ਗੱਡੀ ਦੇ ਟਾਇਰ ਪਵਾਓ ਨਿਊ ਮਿਲੇਨੀਅਮ ਟਾਇਰ ਤੋਂ ਬ੍ਰੇਕਰ ਪੇਰੇ ਸੀਪੇਰੇ ਟਾਇਰ ਇੰਸਟਾਲੇਸ਼ਨ ਟਾਇਰ ਰਿਪੇਅਰ ਨਿਊ ਮਿਲੇਨੀਅਮ ਟਾਇਰ ਵਾਲੇ ਬੱਬਲ ਭਾਜੀ ਕਹਿੰਦੇ ਆਓ ਜੀ ਪਿਓਟ ਕਹਿ ਲੈ ਸਰੀ ਤੇ ਐਬਸਫੋਰਡ ਦੋ ਲੋਕੇਸ਼ਨਾਂ ਇਹਨਾਂ ਦੀਆਂ ਤੇ ਨਿਊ ਮਿਲੇਨੀਅਮ ਟਾਇਰ ਤੋਂ ਟਾਇਰ ਪਵਾਓ ਤੇ ਗੱਡੀ ਸਿੱਧੀ ਬਰਸੇਲੋ ਜਾਓ ਤੇ ਕੁਕੜੂ ਕੁੜੂ ਕਰਾਓ ਆ ਜਾਓ ਫੇਰ ਗਾਂ ਤੁਹਾਨੂੰ ਦਿਖਾਉਣੇ ਆ ਮਜ਼ਾ ਲਾ ਤੇ ਇੰਡੀਆ ਨੇ ਸਕਸੈਸ ਵਾਲਾ ਪ੍ਰੀਖਣ ਕਰ ਲਿਆ ਪੋਖਰਣ ਚ ਤੇ ਮਜ਼ਾਈਲ ਦਾ ਨਾਂ ਵੀ ਰੱਖਿਆ ਨਾਗ ਜਿਹੜੀਆਂ ਮਜ਼ਾਈਲਾਂ ਆ ਇੰਡੀਆ ਦੀਆਂ ਸਾਰਿਆਂ ਦੇ ਜਰ ਕਿਸੇ ਦਿਨ ਕਰਾਂਗੇ ਵੀਡੀਓ ਯਾਰ ਪੈਂਡਿੰਗ ਬੜੀਆਂ ਪਈਆਂ ਭਰਾਵੋ ਕੋਈ ਛੱਕਰ ਨਹੀਂ ਕਰਾਂਗੇ ਹੌਲੀ ਹੌਲੀ ਸਾਰੀਆਂ ਹੁਣ ਕੰਮ ਹੀ ਇਹ 30 ਤੇ 30 ਦਿਨ ਵੀਡੀਓ ਹੀ ਕਰਨੀਆਂ ਹੋਰ ਕਿਹੜਾ ਆਪਾਂ ਇੱਥੇ ਛੋਲੇ ਬੀਜਣੇ ਆ ਤੇ ਨਾਗ ਮਜ਼ਾਈਲ ਦਾ ਸਕਸੈਸ ਨਾ ਪਰਖਣ ਕੀਤਾ ਭਾਰਤ ਨੇ ਤੇ ਹੁਣੇ ਸ਼ਾਮਲ ਹੋ ਜਾਣੀ ਆ ਜਿਹੜੀ ਕਿ 20 ਕਿਲੋਮੀਟਰ ਤੱਕ ਮਾਰ ਸਕਦੀ ਕਰ ਸਕਦੀ ਹੈ ਐਂਟੀ ਟੈਂਕ ਮਜ਼ਾਈਲ ਆ ਤੁਸੀਂ ਇਹ ਦੇਖ ਸਕਦੇ ਆ ਨਾਗ ਇਸ ਦਾ ਨਾਂ ਰੱਖਿਆ ਗਿਆ ਆ ਤੇ ਦੇਖ ਲਓ ਜੀ 나ਗ ਤੇ ਇਸ ਦਾ ਸਕਸੈਸ ਨਾਲ ਪ੍ਰੀਖਣ ਕੀਤਾ ਭਾਰਤ ਨੇ ਗਾਹ ਦਿਹੁਣਾ 1797 ਨੂੰ ਦੁਨੀਆ ਦਾ ਸਭ ਤੋਂ ਪਹਿਲਾ ਬੰਦਾ ਪੈਰਾਸ਼ੂਟ 'ਚ ਉਤਰਿਆ ਸੀ ਜੈਕਵੈਸ ਗਾਰਨੀਅਰ 1797 ਨਾਂ ਵੀ ਉਹਦਾ ਲਿਖਿਆ ਆ ਤੇ ਵੈਸੇ ਤਸਵੀਰ ਤਾਂ ਉਸ ਵੇਲੇ ਕਿਹੜੇ ਪਤੰਦਰ ਨੇ ਖਿੱਚਣੀ ਸੀ 1797 ਦੇ ਭਰਾਵੋ ਤੇ ਮਤਲਬ ਅੱਜ ਦੇ ਦਿਨ 22 ਅਕਤੂਬਰ 1797 ਨੂੰ ਪਹਿਲਾ ਸਕਸੈਸ ਵਾਲਾ ਪੈਰਾਸ਼ੂਟ ਜੰਪ ਜੈਕਰ ਸ਼ੁਗਰ ਇਹ ਬੰਦੇ ਨੇ ਕੀਤਾ ਸੀ ਜੀ ਦੇਖ ਲਓ ਯਾਰ ਕਿੰਦਾਂ ਦੀਆਂ ਗੱਲਾਂ ਚੱਕ ਕੇ ਲਿਆਉਣਾ ਤੇ ਤੁਸੀਂ ਮੇਰੀ ਧੌਣੀ ਦੇਖੀ ਜੰਨੇ ਆ ਧੌਣ ਇਦਾਂ ਧੌਣ ਉਦਾਂ ਤੂੰ ਉਦਾਂ ਬੰਦਾ ਇਹ ਨਹੀਂ ਪਤਾ ਲੱਗਦਾ ਭੀ ਜੇ ਮੈਂ ਫੋਟੋ ਕੋਈ ਪੋਸਟ ਕਰਦਾ ਨੱਕੀ ਚਲੋ ਛੱਡੋ ਕਿਤੇ ਤਾਂਗਾ ਤੇ ਕੱਢਣ ਲੱਪਣ ਦੇ ਕਿਤੇ ਤਾਂ ਨੈਸ਼ਨਲ ਸਪੇਸ ਸਟੇਸ਼ਨ ਤੇ ਰਹਿਣ ਤੋਂ ਬਾਅਦ ਰੌਸ ਕੋਸਮੋ ਐ ਦੇਖੋ ਜੀ ਸਾਰਿਆਂ ਨੂੰ ਪਤਾ ਹੈ ਬਈ ਅਮਰੀਕਾ ਦੀ ਏਜੰਸੀ NASA ਆ ਪਰ ਰਸ਼ੀਆ ਦੀ ਏਜੰਸੀ ਦਾ ਨਾਮ ਸਾਨੂੰ ਘੱਟਾ ਹੀ ਪਤਾ ਸੀ ਕਦੀ ਘੱਟਾ ਹੀ ਸੁਣਿਆ ਹੋਊਗਾ ਤੇ ਇਹ ਵੀ ਗੱਲ ਆ ਜਿਹੜਾ ਸਪੇਸ ਸਟੇਸ਼ਨ ਤੇ ਜਾਂਦਾ ਉਹ ਸਾਰੇ ਉੱਤਰ ਦੇ ਕਜ਼ਾਕਿਸਤਾਨ ਚ ਹੀ ਆ ਹੁਣ ਜਿਹੜੇ ਅਮਰੀਕਾ ਦੇ NASA ਵਾਲੇ ਅਸਟਰੋਨੌਟ ਐ ਉਹ ਅਮਰੀਕਾ ਨਹੀਂ ਉੱਤਰਦੇ ਉੱਤਰ ਦੇ ਕਜ਼ਾਕਿਸਤਾਨ ਚ ਹੀ ਇਹ ਵੀ ਤਿੰਨ ਅਸਟਰੋਨੌਟ ਉਤਰਿਆ ਜੀ ਤੇ ਕਜ਼ਾਕਿਸਤਾਨ ਚ ਉਤਰਿਆ ਕੱਲ ਤੇ ਤੁਸੀਂ ਦੇਖ ਸਕਦੇ ਹੋ ਉੱਤਰਦਿਆਂ ਨੂੰ ਸਿਰਸੇ ਵਾਲੇ ਬਾਬੇ ਵਾਂਗੂ ਐਨ ਬਿਠਾ ਕੇ ਕੁਰਸੀ ਤੇ ਲਿਆਉਂਦੇ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਤੇ ਰੋਸਕੋਸ ਆ ਜੋ ਲਿਖਿਆ ਰਸ ਕੋਸਮੋਸ ਇਹ ਰਸ਼ੀਆ ਦੀ ਸਪੇਸ ਯਾਂਸੀ ਦਾ ਨਾਮ ਆਇਆ ਤੇ ਜਿੱਦਾਂ ਅਮਰੀਕਾ ਦੀ ਨਾਸਾ ਇਹਦੇ ਰਸ਼ੀਆ ਦੀ ਆ ਸੋ ਜਿੰਨੇ ਵੀ ਸਪੇਸ ਸਟੇਸ਼ਨ ਤੇ ਜਾਂਦੇ ਆ ਇੰਟਰਨੈਟ ਹੈ ਸਪੇਸ ਸਟੇਸ਼ਨ ਦੇ ਅਸਟ੍ਰੋਨੌਟ ਉਹ ਉੱਤਰ ਦੇ ਕਜ਼ਾਕਿਸਤਾਨ ਚ ਆ ਭਾਵੇਂ ਉਹ ਅਮਰੀਕਾ ਦਾ ਹੋਵੇ ਭਾਵੇਂ ਭਾਰਤ ਦਾ ਹੋਵੇ ਜਿੱਥੇ ਦਾ ਮਰਜ਼ੀ ਹੋਵੇ ਸੋ ਚੜਦੇ ਜਿੱਥੋਂ ਮਰਜੀ ਆ ਚੜਦੇ ਅਮਰੀਕਾ ਤੋਂ ਹੋਣਗੇ ਪਰ ਉਤਰਨ ਵੇਲੇ ਰਸ਼ੀਆ ਚ ਕਜ਼ਾਕਿਸਤਾਨ ਚ ਉਤਰਨਾ ਪੈਂਦਾ ਉਹ ਵੀ ਵੀਡੀਓ ਕਰਾਂਗੇ ਵੀ ਐਡੀ ਦੁਨੀਆ ਪੀ ਕਜ਼ਾਕਿਸਤਾਨ ਚ ਕਾਦੇ ਉਤਰਦੇ ਹਨਾ ਵੀ ਅਮਰੀਕਾ ਦੀ ਤਾਂ ਰਸ਼ੀਆ ਨਾਲ ਲੱਗਦੀ ਆ ਵੀ ਅਮਰੀਕਾ ਵਾਲੇ ਰਸ਼ੀਆ ਚ ਕਾਦੇ ਉਤਰਦੇ ਹਨਾ ਇਹ ਤਿੰਨ ਜਣੇ ਆਏ ਆ ਤੇ ਕਜ਼ਾਕਿਸਤਾਨ ਚ ਉਤਰੇ ਆ ਕੱਲ ਤੇ ਇਹ ਤੁਸੀਂ ਦੇਖ ਸਕਦੇ ਆ ਤੇ ਰਸ਼ੀਆ ਦੀ ਸਪੇਸ ਏਜੰਸੀ ਦਾ ਨਾਮ ਇਹ ਆ ਤੇ ਨਾਸਾ ਦਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਤੇ ਬਾਕੀ ਦਿਖਾਉਣੇ ਆ ਤੁਹਾਨੂੰ ਅਸੀਗਾ ਫੋਟੋ ਰਹਿ ਜਾਣੀ ਸੀ ਵਿੱਚ ਤੇ ਜਿਹੜਾ ਹੈਮਬਰਗਰ ਆਪਾਂ ਖਾਣੇ ਆ ਉਹਦਾ ਨਾਂ ਹੈਮਬਰਗ ਜਰਮਨੀ ਦਾ ਸ਼ਹਿਰ ਆ ਉੱਤੋਂ ਬਣਿਆ ਆ ਇਹ ਸੱਚੀ ਗੱਲ ਆ ਕੋਈ ਮਜ਼ਾਕ ਨਹੀਂਗਾ ਇੱਚ ਤੇ ਆ ਦੇਖ ਸਕਦੇ ਆ ਕੋਬਨੈਗਨ ਡੈਨਮਾਰਕ ਜਿੱਥੇ گاਵਾ ਬਹੁਤ ਆ ਡੈਨਮਾਰਕ ਤੋਂ ਜਰਮਨ ਨੂੰ ਇੱਥੇ ਬਣਨੀ ਹੈ ਟਨਲ ਤੇ ਆ ਨਾਂ ਵੀ ਤੁਸੀਂ ਇਹਦਾ ਦੇਖ ਸਕਦੇ ਆ ਤੇ ਹੋਰ ਦਿਖਾਉਣੇ ਆ ਤੁਹਾਨੂੰ ਪਿਆਰ ਦਿੱਤਾ ਹਿੰਦੀ ਚ ਸਵਾਲ ਨੂੰ 1 ਮਿਲੀਅਨ ਫਾਲੋਅਰ ਹੋ ਚੱਲੇ ਆਲਮੋਸਟ 10000 ਰਹਿ ਗਏ 2-3 ਦਿਨ ਚ ਤੁਹਾਨੂੰ ਦਿਖਾਉਣਿਆ ਭੰਗੜੇ ਦੇ ਕੱਢਦੇ ਆ ਕੜੇਲਾ ਤੇ ਭੰਗੜੇ ਦੀ ਵੀਡੀਓ ਪਾਉਂ ਜਦੋਂ 1 ਮਿਲੀਅਨ ਫਾਲੋਅਰ ਹੋ ਗਿਆ 10000 ਰਹਿ ਗਏ ਕਰਦਾ ਮਾਰੋ ਮੜਿਆ ਥੋੜਾ ਜਿਹਾ ਹੱਲਾਸ਼ੇਰੀ ਨਾਲ ਤੇ ਆ ਜਾਓ ਫੇਰ ਘੰਟੇਕ ਦਾ ਹੀ ਮਿਲਦੇ ਆ ਇੰਦੀ ਰੇਡੀਓ ਤੇ ਸਾਰੇ ਡਾਊਨਲੋਡ ਕਰ ਲਓ Google Android ਤੇ Apple ਤੋਂ ਇੰਦੀ ਰੇਡੀਓ ਤੇ 1 ਘੰਟੇ ਬਾਅਦ ਪ੍ਰੋਗਰਾਮ ਆ ਜੀ ਉੱਥੇ ਤੁਹਾਡੀਆਂ ਕਾਲਾਂ ਲਵਾਂਗੇ +1 236 412 0325